कि साढ़े पिंड ना एक बाबा सी ओहदा नाम खलील सी ते खिलू खिलू उन्होंने मुसलमान सी मुसलमान सी। अच्छा जी। वो तेली सी। हाँ ਉਹਦੀ ਬੱਚੀ ਦੀ ਜਾਂਝ ਆ ਗਈ 47 ਤੋਂ ਪਹਿਲਾਂ ਦੀ ਗੱਲ 47 ਤੋਂ ਪਹਿਲਾਂ ਦੀ। ਅੱਛਾ ਜੀ। ਉਹ ਮੈਂ ਤਾਂ ਹੀ ਤੇ ਉਹ ਤੋਂ ਪੁੱਛੀ ਇੱਕ ਪਹਿਲਾਂ ਦੀ ਇੱਕ ਬਾਅਦ ਦੀ। ਅੱਛਾ ਅੱਛਾ। ਉਹਦੀ ਬਰਾਤ ਆ ਗਈ ਤੇ ਆ ਗਈ ਵਾਰ ਭੁੱਲ ਗਿਆ ਉਸ ਵੇਲੇ ਇਹ ਤਾਂ ਹੁੰਦਾ ਕੋਈ ਨਹੀਂ ਸੀ ਅੰਗਰੇਜ਼ੀ ਕੀ ਤੇ ਫਲਾਣੀ ਕੀ ਚਮਕਾਣੀ ਕੀ ਉਹ ਦਿਨਾਂ ਦੀ ਰਾਤ ਹੁੰਦੀ ਸੀ। ਹਾਂਜੀ ਹਾਂਜੀ। ਇਹ ਜਿਹੜੇ ਨਾ ਸਫੇਦ ਮਕਾਨ ਜਿਹਾ ਤੁਹਾਨੂੰ ਦੱਸਿਆ ਇਹ ਤੋਂ ਥੋੜ੍ਹਾ ਜਿਹਾ ਅੱਗੇ ਹੋ ਕੇ ਨਾ ਇੱਥੇ ਸਾਰੀਆਂ ਦੁਕਾਨਾਂ ਹੁੰਦੀਆਂ ਹਨ ਲੁਹਾਰਾਂ ਦੀਆਂ ਤਰਖਾਣਾਂ ਦੀਆਂ ਉਹ ਇਕੱਠੀਆਂ ਸਨ ਅਤੇ ਆਹ ਜਗ੍ਹਾ ਵਿਹਲੀ ਹੁੰਦੀ ਸੀ। ਇਸ ਵੇਲੇ ਨਾਲ ਨਾ ਜੰਜ ਪੁਲ 'ਤੇ ਘੋੜੀਆਂ ਘੋੜੀਆਂ ਆ ਗਈਆਂ। ਅੱਛਾ ਜੀ। ਬੜੀਆਂ ਘੋੜੀਆਂ ਜੰਜਾਂ ਤਾਂ ਬਹੁਤੀਆਂ ਘੋੜੀਆਂ ਲਿਆਉਂਦੀਆਂ। ਹਾਂਜੀ। ਉਹ ਬਰਾਤ ਆ ਗਈ 8 ਦਿਨ ਪਹਿਲਾਂ। ਦਿਨ ਤੋਂ 8 ਦਿਨ ਪਹਿਲਾਂ ਦਿਨ ਜਿਹੜਾ ਮੁਕਰਰ ਕੀਤਾ ਸੀ ਨਾ ਮਤਲਬ ਸਮਝ ਲਓ ਕਿ ਇਸ ਅੱਜ ਇਤਵਾਰ ਹੈ ਨਾ। ਹਾਂਜੀ। ਅਗਲੇ ਇਤਵਾਰ ਆਉਣੀ ਸੀ ਤੇ ਇਸ ਇਤਵਾਰ ਆ ਗਈ ਇਕੱਠੇ 8 ਦਿਨਾਂ ਦਾ ਫਰਕ 8 ਦਿਨਾਂ ਦਾ ਫਰਕ ਆ ਗਿਆ ਦਿਨ ਭੁੱਲ ਗਿਆ। ਉਹਨਾਂ ਨੇ ਨਾ ਆਪਣਾ ਇੱਥੇ ਸਾਰੇ ਜੱਟ ਇਕੱਠੇ ਹੋਏ ਸਨ ਸਰਦਾਰ ਤੇ ਘੋੜੀਆਂ ਭੱਜੀ ਫਿਰ ਉਹਨਾਂ ਆਖਿਆ ਭੈਣੀ ਖੁਰੇ ਕੋਈ ਖੁਰਾ ਆ ਗਿਆ ਕੀ ਬਲਾ ਆ ਗਈ ਏ ਇੱਥੇ ਪੁੱਲ ਦੇ ਉਹਨਾਂ ਦੇ ਆਉਣਾ ਸੀ ਇਕੱਠਿਆਂ ਹੋ ਕੇ ਉਹਨਾਂ ਮੌਲਵੀ ਡਿਊਟੀ ਲਾਈ ਵਾ ਜਾ ਭੱਜ ਕੇ ਵੇਖ ਖੁਰਾ ਹੈ ਪੁਲਿਸ ਏ ਕੀ ਬਲਾ ਕੀ ਏ ਕਿੱਧਰ ਆ ਗਏ ਨੇ। ਮੌਲਵੀ ਗਿਆ ਤੇ ਉਹ ਜਾ ਕੇ ਦੁਆਲੇ ਦੁਆਲੇ ਸੁੰਘਿਆ ਤੇ ਮੌਲਵੀ ਆ ਗਿਆ ਕਹਿੰਦਾ ਵੀ ਬਾਬੇ ਖਿੱਲੂ ਦੀ ਕੁੜੀ ਦੀ ਜੰਝ ਆ ਗਈ ਜੇ 8 ਦਿਨ ਪਹਿਲਾਂ ਇਹ ਜੰਝ ਜੇ ਬਾਬੇ ਖਿੱਲੂ ਦੀ ਕੁੜੀ ਦੀ ਉਹਨਾਂ ਦੁਕਾਨਾਂ ਤੋਂ ਆਪਣੀਆਂ ਕਈਆਂ ਤੇ ਆਪਣਾ ਹੱਲਾਂ ਪੰਜਾਲੀਆਂ ਛੱਡੀਆਂ ਉਹਨਾਂ ਕਿਹਾ ਭੈਣ ਹੀ ਆਵੇ ਹੁਣ ਬੀਸਤੀ ਬੜੀ ਹੈ ਭੱਜੋ। ਉਹਨਾਂ ਸਾਰੇ ਪਿੰਡ ਦਾ ਦੁੱਧ ਇਕੱਠਾ ਕੀਤਾ ਨਾਲ ਕੋਈ ਦਾਲ ਚੌਲ ਉਸਲੇ ਹੁੰਦਾ ਸੀ ਰਾਤ ਨੂੰ ਉਹਨਾਂ ਦਾਲ ਚੌਲ ਜਿਹੜਾ ਸੀ ਉਹ ਇਕੱਠਾ ਕਰਕੇ ਤੇ ਪਕਾਉਣਾ ਸ਼ੁਰੂ ਮੰਜੀਆਂ ਡਾਹਤੀਆਂ ਜਾਂਦੇ ਆਉਂਦਿਆਂ ਨੂੰ ਦੁੱਧ ਇਕੱਠਾ ਸਾਰੇ ਪਿੰਡ ਦਾ ਕਰ ਦੁੱਧ ਪਿਆਇਆ ਮੰਜੀਆਂ ਪਿਆਈ ਡਾਹ ਦਿੱਤੀਆਂ ਲੇਕਿਨ ਉਹਨਾਂ ਨੂੰ ਮਹਿਸੂਸ ਨਾ ਉਹਨਾਂ ਨੂੰ ਆਉਣ ਦਿੱਤਾ ਕਿ ਜੰਝ 8 ਦਿਨ ਪਹਿਲਾਂ ਆ ਗਈ ਹੈ। ਫਿਰ ਜਿਹਦੇ ਘਰ ਮੰਜੀ ਉਸ ਮੰਜੀ 'ਚ ਇਸ ਥਾਂ ਦਿੱਤੀ ਹੈ ਜਿਹਦੇ ਘਰ ਸਰਾਣਾ ਉਹ ਸਰਾਣਾ ਦਿੱਤਾ ਜਿਸਦੇ ਘਰ ਖੇਤ ਸੀ ਉਹ ਖੇਤ ਦਿੱਤਾ ਜਿਹਦੇ ਘਰੋਂ ਕੋਈ ਉਹਨਾਂ ਨੂੰ ਗੋਸ਼ਤ ਕਰਨ ਵਾਸਤੇ ਕੱਟਾ ਲੱਭਿਆ ਉਹ ਕੱਟਾ ਕਰ ਦਿੱਤਾ ਮੁਸਲਮਾਨ ਜੂ ਸਨ ਕੱਟਾ ਖਾ ਲੈਂਦੇ ਹਾਂ ਉਹਨਾਂ ਜੰਝ ਉਹ ਫਾਰਗ ਕੀਤੀ ਉਹ ਧੀ ਨੂੰ ਵਿਦਿਆ ਕੀਤਾ ਜਿਵੇਂ ਕਰੀਦਾ ਉਹਨਾਂ ਨੂੰ ਦੱਸਿਆ ਹੀ ਨਹੀਂ ਮਤਲਬ ਕਿ ਨਿਕਾਹ ਵੀ ਕਰ ਦਿੱਤਾ ਸਭ ਕੁਝ ਕਰ ਦਿੱਤਾ ਜੰਝ ਨੂੰ ਉਹਨਾਂ ਸੰਭਾਲ ਵੀ ਲਿਆ ਸਾਰੇ ਪਿੰਡ ਨੇ ਆਪਣੀ ਸਮਝ ਕੇ ਜਿਵੇਂ ਆਪਣੀ ਸਮਝ ਕੇ ਸਾਡੇ ਪਿੰਡ ਦੀ ਬਿਸਤੀ ਹੈ ਜੇ ਹੁਣ ਵਾਪਸ ਜਾਏ ਤੇ ਉਹ ਕੰਮ ਜਿਹੜਾ ਸੀ ਉਹ ਉਹਨੇ ਕੀਤਾ ਸੀ ਬੜੀ ਗੱਲ ਹਾਂ ਇਹ ਕੰਮ ਕੀਤਾ ਹਨ ਅਤੇ ਉਹ ਜੇ ਦੀਗਰ ਉਹ ਮਿਸਾਲ ਹੈ।